ਸਕੂਲ ਦੀਆਂ ਫੀਸਾਂ ਤੋਂ ਲੈ ਕੇ ਸਾਡੀਆਂ ਰੀਝਾਂ ਤੱਕ ਸਿਰਫ ਮਾਂ ਬਾਪ ਪੂਰੀਆਂ ਕਰਦੇ ਨੇ। ਸਾਡੀ ਅੱਖਾਂ ਵਿੱਚ ਅੱਥਰੂ ਸਿਰਫ ਉਹਨਾਂ ਨੂੰ ਹੀ ਚੁੱਭਦੇ ਨੇ, ਬਾਕੀ ਤਾਂ ਸਾਰੇ ਜਣੇ ਬਸ ਤਮਾਸ਼ਾ ਤੱਕਦੇ ਨੇ। ਉਹ ਦੱਸਦੇ ਨਹੀਂ ਆਪਣਾ ਦੁੱਖ, ਪਤਾ ਨਹੀਂ ਕਿੱਥੇ ਲੁਕਾ ਕੇ ਰੱਖਦੇ ਨੇ। ਇੱਕ ਤਰਫਾ ਪਿਆਰ ਤਾਂ ਮਾਂ ਬਾਪ ਵੀ ਕਰਦੇ ਨੇ, ਪਰ ਉਹ ਗੱਲ ਵੱਖਰੀ ਹੈ ਕਿ ਔਲਾਦ ਨੂੰ ਨਜ਼ਰ ਨਹੀਂ ਆਉਂਦਾ। ਉਹ ਸਦਾ ਲਈ ਨਹੀਂ ਰਹਿੰਦੇ ਮਾਪੇ, ਇਹ ਗੱਲ ਕੋਈ ਸਮਝਣਾ ਹੀ ਨਹੀਂ ਚਾਹੁੰਦਾ। ਜਿਉਂਦੇ ਜੀ ਕਦਰਾਂ ਪਾਲੋ, ਮਰਨ ਤੋਂ ਬਾਅਦ ਮੁੜ ਕੇ ਫਿਰ ਕੋਈ ਦੁਬਾਰਾ ਨਹੀਂ ਆਉਂਦਾ। ਇੱਕ ਤਰਫਾ ਪਿਆਰ ਤਾਂ ਮਾਂ ਬਾਪ ਵੀ ਕਰਦੇ ਨੇ, ਪਰ ਉਹ ਗੱਲ ਵੱਖਰੀ ਹੈ ਕਿ ਔਲਾਦ ਨੂੰ ਨਜ਼ਰ ਨਹੀਂ ਆਉਂਦਾ। ਉਹ ਗੱਲ ਵੱਖਰੀ ਹੈ ਕਿ ਔਲਾਦ ਨੂੰ ਨਜ਼ਰ ਨਹੀਂ ਆਉਂਦਾ।